ਵਿਊਅਰਸ, ਵੈਲਕਮ ਬੈਕ ਟੂ ਅਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਸ਼ਾਹਿਦ ਰਾਓ ਜੀ ਦਾ, ਲਾਹੌਰ ਪਾਕਿਸਤਾਨ ਤੋਂ। ਇਹ ਲਿਖਦੇ ਹਨ, ਮੈਂ ਖਾਲਿਸਤਾਨ ਦੇ ਹੱਕ ਵਿੱਚ ਹਾਂ, ਪਰ ਕਸ਼ਮੀਰ ਦੇ ਜਵਾਨਾਂ ਵਾਂਗ ਹੌਸਲਾ ਨਹੀਂ ਦੇਖਿਆ ਪੰਜਾਬੀਆਂ ਵਿੱਚ। ਇੰਡੀਅਨ ਆਰਮੀ ਦੇ ਅੱਗੇ ਖਲੋਣਾ ਸੌਖਾ ਨਹੀਂ, ਆਜ਼ਾਦੀ ਦੇ ਲਈ ਖੂਨ ਦੇਣਾ ਪਊਗਾ। ਕੀ ਸਿੰਘ ਇਸ ਲਈ ਤਿਆਰ ਨੇ? ਡਾਕਟਰ ਅਮਰਜੀਤ ਸਿੰਘ ਜੀ ਨੂੰ ਬਹੁਤ ਬਹੁਤ ਪਿਆਰ ਜੀ। ਡਾਕਟਰ ਸਾਹਿਬ, ਸ਼ਾਹਿਦ ਰਾਓ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਾਹੌਰ ਤੋਂ ਲਿਖਿਆ ਜੀ। ਔਰ ਸ਼ਾਇਦ ਜ਼ਿਆਦਾ ਯੰਗ ਹੋਣਗੇ, ਨੌਜਵਾਨ ਹੋਣਗੇ, ਔਰ ਇਹਨਾਂ ਨੇ ਹੁਣ ਦਾ ਦੌਰ ਹੀ ਦੇਖਿਆ। ਔਰ ਜ਼ਾਹਰ ਹੈ ਵੀ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਹਥਿਆਰਬੰਦ ਸੰਘਰਸ਼ ਨਹੀਂ ਹੈ ਜਾਂ ਫੌਜ ਦਾ ਮੁਕਾਬਲਾ ਸਿੱਧੇ ਤੌਰ 'ਤੇ ਨਜ਼ਰ ਨਹੀਂ ਆਉਂਦਾ, ਪਰ ਜੇ ਇਹ ਥੋੜ੍ਹਾ ਜਿਹਾ ਬੀਤੇ ਨੂੰ ਐਟਲੀਸਟ ਰੀਸਰਚ ਕਰ ਲੈਣ ਤਾਂ ਫਿਰ ਇਹ ਦੇਖਣਗੇ ਕਿ ਵੀ ਪੰਜਾਬ ਜੋ ਕੁਛ ਅੱਜ ਕਸ਼ਮੀਰ ਦੇ ਵਿੱਚ ਫੌਜ ਕਰ ਰਹੀ ਹੈ ਜਾਂ ਲੋਕ ਜਿਵੇਂ ਖਲੋਤੇ ਨੇ ਜੀ, ਇਸ ਦੀ ਜਿਹੜੀ ਜਿਸ ਨੂੰ ਤੁਸੀਂ ਕਹੋ ਕਿ ਪੂਰਨੇ ਪਾਏ ਨੇ ਜਾਂ ਇਸ ਦੀ ਜਿਹੜੀ ਸ਼ੁਰੂਆਤ ਕੀਤੀ ਉਹ ਪੰਜਾਬ ਨੇ ਕੀਤੀ ਜੀ। ਔਰ ਇਹੀ ਕਾਰਨ ਸੀ, ਔਰ ਇਹ ਗੱਲ ਮੈਨੂੰ ਜਿਹੜੇ ਕਸ਼ਮੀਰੀ ਐਕਟਿਵਿਸਟ ਇੱਥੇ ਵੀ ਕਹਿੰਦੇ ਰਹੇ, ਉਹ ਕਹਿਣ ਲੱਗੇ ਜੀ ਕਿ ਵੀ ਬੇਸ਼ੱਕ ਕਸ਼ਮੀਰ ਦਾ ਮੁੱਦਾ ਤਾਂ 47-48 ਤੋਂ ਬਾਅਦ ਦਾ ਹੀ ਚੱਲ ਰਿਹਾ, ਔਰ ਅਸੀਂ ਕੁੱਟ ਵੀ ਖਾਂਦੇ ਰਹੇ, ਔਰ ਚੁੱਪਚਾਪ ਜਿਹੜਾ ਉਹ ਥੋੜ੍ਹੀ ਬਹੁਤ ਆਵਾਜ਼ ਹੁੰਦੀ ਸੀ ਉਹ ਦਬਾ ਦਿੱਤੀ ਜਾਂਦੀ ਸੀ, ਸਾਡੇ ਚੋਂ ਖਰੀਦ ਲੈਂਦੇ ਸੀ, ਕੋਈ GM ਸਾਦਕ ਆ ਗਿਆ, ਕੋਈ ਹੋਰ ਆ ਗਿਆ ਜਿਹੜਾ ਪਹਿਲਾਂ ਇਹਦਾ ਉਮਰ ਅਬਦੁੱਲਾ ਦਾ ਪਿਓ ਆ ਗਿਆ, ਫਾਰੂਕ ਅਬਦੁੱਲਾ, ਫਿਰ ਇੱਕ ਹੋਰ ਸੀ ਮੀਰ ਕਾਸਮ ਕਿ ਇਸ ਕਿਸਮ ਦਾ। ਸੋ ਉਹ ਕਹਿਣ ਲੱਗੇ ਜੀ ਇਹ ਜਦੋਂ ਸਿੱਖਾਂ ਨੇ ਚੈਲੇਂਜ ਕੀਤਾ ਇੰਦਰਾ ਗਾਂਧੀ ਦੇ ਮਾਈਟ ਨੂੰ, ਕੋਈ ਸੋਚ ਵੀ ਨਹੀਂ ਸੀ ਸਕਦਾ ਵੀ ਉਹਦੇ ਸਾਹਮਣੇ ਕੋਈ ਖਲੋ ਸਕਦਾ, ਵੀ 71 ਤੋਂ ਬਾਅਦ ਜਦੋਂ ਇਹਨਾਂ ਨੇ ਫੌਜ ਭੇਜ ਕੇ ਬੰਗਲਾਦੇਸ਼ ਬਣਾ ਦਿੱਤਾ ਫਿਰ ਤਾਂ ਗੱਲ ਹੀ ਮੁੱਕ ਗਈ। ਔਰ ਜੇ ਤੁਸੀਂ ਇਹਨੂੰ ਫੋਲੋ ਕਰੋ ਕਿ ਕਸ਼ਮੀਰ ਦੇ ਵਿੱਚ ਜਿਹੜੀ ਹਥਿਆਰਬੰਦ ਲੜਾਈ ਹੈ, ਸੰਘਰਸ਼ ਹੈ, ਇਹ 87-88 ਦੇ ਵਿੱਚ ਸ਼ੁਰੂ ਹੋਇਆ, ਔਰ ਇਸ ਦੀ ਸਭ ਤੋਂ ਵੱਡੀ ਇੰਸਪੀਰੇਸ਼ਨ ਇਹ ਸੀ ਕਿ ਜਿਹੜੀ ਲੜਾਈ ਕਸ਼ਮੀਰੀ ਲੜ ਰਹੇ ਨੇ, ਔਰ ਇਹਦੇ 'ਚ ਮੈਂ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਕਸ਼ਮੀਰੀਆਂ ਦੀ ਬਹਾਦਰੀ ਨੂੰ ਟ੍ਰਿਬਿਊਟ ਦਿੱਤਾ, ਔਰ ਹਮੇਸ਼ਾ ਹੀ ਮੈਂ ਜੈਨੂਅਲੀ ਮਹਿਸੂਸ ਕਰਦਾ ਕਿ ਕਸ਼ਮੀਰ ਦੇ ਵਿੱਚ ਇੱਕ ਤਾਂ ਉਹਨਾਂ ਦੇ ਜਿਵੇਂ ਬੱਚੇ ਔਰ ਔਰਤਾਂ ਵੀ ਉਸ ਬੇਸ਼ੱਕ ਉਹ ਜ਼ੁਲਮ ਨੂੰ ਵੀ ਸਹਾਰ ਰਹੇ ਨੇ, ਖਲੋਤੇ ਨੇ, ਪਰ ਕਿਉਂਕਿ ਇਹ ਜਿਹੜਾ ਜੋ ਕੁਛ ਚੱਲ ਰਿਹਾ ਉਹ ਜੰਮੂ ਕਸ਼ਮੀਰ ਦਾ ਪੂਰਾ ਸੂਬਾ ਹੈ, ਜੰਮੂ ਦੇ ਵਿੱਚ ਵੀ ਸਾਈਜ਼ੇਬਲ ਪਾਪੂਲੇਸ਼ਨ ਹੈ ਮੁਸਲਮਾਨਾਂ ਦੀ, ਲੱਦਾਖ 'ਚ ਵੀ ਹੈ, ਲੇਕਿਨ ਕਸ਼ਮੀਰ ਵਾਦੀ 'ਚ ਹੈ, ਕਿਉਂਕਿ ਕਸ਼ਮੀਰ ਵਾਦੀ 'ਚ ਲਗਭਗ 97-98% ਜਿਹੜੀ ਪਾਪੂਲੇਸ਼ਨ ਹੈ ਉਹ ਮੁਸਲਮਾਨਾਂ ਦੀ, ਔਰ ਜਿਹੜੇ ਬਿਲਕੁਲ ਭਾਰਤ ਨਾਲ ਨਹੀਂ ਰੱਖਣਾ ਚਾਹੁੰਦੇ। ਪੰਜਾਬ ਦੀ ਜਿਹੜੀ ਓਵਰਆਲ ਤੁਸੀਂ ਪਾਪੂਲੇਸ਼ਨ ਡੈਮੋਗ੍ਰਾਫਿਕਸ ਦੇਖੋ, ਉਹਦੇ 'ਚ ਜਿਹੜਾ ਪੰਜਾਬੀ ਹਿੰਦੂ ਹੈ ਉਹ ਸਾਈਜ਼ੇਬਲ ਨੰਬਰ 'ਚ ਰਿਹਾ, ਜਿਨ੍ਹਾਂ ਨੇ ਪੰਜਾਬੀ ਲੈਂਗੁਏਜ ਨੂੰ ਵੀ ਡਿਨਾਈ ਕੀਤਾ ਆਪਣੀ ਮਾਂ ਬੋਲੀ ਹੋਣ ਤੋਂ। ਔਰ ਫਿਰ ਜਦੋਂ ਸਿੱਖ ਖਲੋਤੇ 80ਵਿਆਂ ਦੇ ਵਿੱਚ ਸ਼ੁਰੂਆਤ ਹੋਈ ਉਸ ਗੱਲ ਦੀ, ਔਰ ਸੰਤ ਪਿੰਡਾਂ ਵਾਲੇ ਇੱਕ ਜਿਹੜੇ ਨੇ ਇੰਸਪਾਇਰਿੰਗ ਫਿਗਰ ਦੇ ਤੌਰ 'ਤੇ ਭਾਰਤੀ ਮੁਸਲਮਾਨਾਂ 'ਚ ਵੀ ਔਰ ਕਸ਼ਮੀਰੀਆਂ 'ਚ ਵੀ, ਹੁਣ ਤਾਂ ਬੇਸ਼ੱਕ ਇਹ ਪਿਓ ਪੁੱਤਰ ਕੀ ਕਰਦੇ ਨੇ, ਲੇਕਿਨ ਉਹਨਾਂ ਜ਼ਮਾਨਿਆਂ 'ਚ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਹੁੰਦਿਆਂ ਹੋਇਆ ਵੀ ਜੰਮੂ ਕਸ਼ਮੀਰ ਦਾ, ਉਹ ਗੁਰੂ ਨਾਨਕ ਨਿਵਾਸ ਆਇਆ ਸੀ ਸੰਤ ਪਿੰਡਾਂ ਵਾਲਿਆਂ ਨੂੰ ਮਿਲਣ, ਔਰ ਉਹਦੀ ਪਿਕਚਰ ਜਿਹੜੀ ਔਰ ਕਾਫ਼ੀ ਹੁਣ ਤਾਂ ਲਾਲ ਹੀ ਦਿੱਤੀ ਹੋਣੀ ਉਹਨੇ, ਜਿਹੜੇ ਜੰਮੂ 'ਚ ਉਹਦਾ ਘਰ ਸੀ ਉਹਦੇ 'ਚ ਉਹਨੇ ਆਪਣੀ ਪਿਕਚਰ ਪਿੰਡਾਂ ਵਾਲਿਆਂ ਦੇ ਨਾਲ ਗੁਰੂ ਨਾਨਕ ਨਿਵਾਸ ਦੇ ਉੱਤੇ ਖਲੋਤਿਆਂ ਦੀ ਲਾਈ ਸੀ। ਸੋ ਜ਼ਾਹਰ ਹੈ ਕਿ ਇੰਸਪੀਰੇਸ਼ਨ ਇਹ ਰਹੀ, ਔਰ ਫਿਰ ਸਿੱਖ ਜੁਝਾਰੂਆਂ ਨੇ 84 ਤੋਂ ਲਗਭਗ 95 ਤੱਕ 10-11 ਸਾਲ, ਜਿਸ ਦੇ ਵਿੱਚ ਉਹੀ ਫੌਜ ਜੋ ਕੁਛ ਅੱਜ
ਉੱਥੇ ਕਰ ਰਹੀ ਹੈ ਉਸਦਾ ਪਹਿਲਾ ਐਕਸਪੈਰੀਮੈਂਟ ਉਹਨਾਂ ਨੇ ਪੰਜਾਬ ਕੀਤਾ ਹੈ। ਉਹ ਪੀਰੀਅਡ ਸੀ ਕਿ ਲੱਖ ਡੇਢ ਲੱਖ ਉਹਨਾਂ ਨੇ ਨੌਜਵਾਨ ਮਾਰਿਆ, ਕਿਵੇਂ ਘਰਾਂ ਦੇ ਵਿੱਚੋਂ ਬੀਬੀਆਂ ਨੂੰ ਚੁੱਕ ਕੇ ਲਿਜਾ ਕੇ ਉਹਨਾਂ ਦੀ ਬੇਪਤੀ ਕੀਤੀ ਕਿ ਜੀ ਇਹ ਉਹਨਾਂ ਨੂੰ ਸ਼ੈਲਟਰ ਦਿੰਦੇ ਨੇ ਜੁਝਾਰੂਆਂ ਨੂੰ। ਸੋ ਅਸੀਂ ਆਪਣੀ ਉਹ ਲੜਾਈ ਜਿਹੜੀ ਹੈ ਉਸੇ ਸਪਿਰਿਟ ਦੇ ਵਿੱਚ ਲੜੀ ਹੋਈ ਹੈ। ਇਹ ਠੀਕ ਹੈ ਕਿ ਪੰਜਾਬ 'ਚ ਇਸ ਲੈਵਲ ਦੀ ਨਸਲਕੁਸ਼ੀ ਹੋਈ ਔਰ ਅੱਜ ਵੀ ਜਿਹੜਾ ਸਾਰਾ ਜ਼ੋਰ ਹੈ ਹਿੰਦੁਸਤਾਨੀ ਹਕੂਮਤ ਦਾ ਉਹ ਸਿੱਖ ਮੂਵਮੈਂਟ ਦੇ ਨਾਲ, ਜਿਵੇਂ ਕਸ਼ਮੀਰੀ ਮੂਵਮੈਂਟ, ਆਫਕੋਰਸ ਕਸ਼ਮੀਰ, ਪਰ ਕਿਉਂਕਿ ਉਹਨਾਂ ਨੇ ਪਾਕਿਸਤਾਨ ਨੂੰ ਕਿਸੇ ਹੱਦ ਤੱਕ ਖੁੰਡਾ ਕਰ ਦਿੱਤਾ ਹੈ ਔਰ ਇਸ ਲਈ ਉਹਦੇ ਬਾਰੇ ਉਹ ਬਹੁਤੇ ਫਿਕਰਮੰਦ ਨਹੀਂ ਹੁੰਦੇ। ਲੇਕਿਨ ਜਦੋਂ ਸਿੱਖ ਮੂਵਮੈਂਟ ਦੀ ਗੱਲ ਆਉਂਦੀ ਹੈ, ਡਾਇਸਪੋਰਾ ਸਿੱਖਾਂ ਦੀ ਆਵਾਜ਼ ਬੰਦ ਕਰਾਉਣ ਦੇ ਲਈ, ਪੰਜਾਬ ਦੇ ਵਿੱਚ ਰਿਪੀਟਡਲੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਦੀਆਂ ਘਟਨਾਵਾਂ, ਔਰ ਜਿਵੇਂ ਸਿੱਖ ਫਿਰ ਵੀ ਪੀਸਫੁਲ ਤਰੀਕੇ ਦੇ ਨਾਲ ਨਿਕਲੇ ਨੇ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਸ਼ਾਇਦ ਰਾਓ ਜੀ ਨੇ ਆਪਣੇ ਵੱਲੋਂ ਤਾਂ ਉਹ ਖਾਲਿਸਤਾਨ ਦੇ ਵੀ ਹਮਾਇਤੀ ਨੇ, ਸਾਡੀ ਵੀ ਉਹਨਾਂ ਨੇ ਤਾਰੀਫ ਕੀਤੀ ਹੈ ਜਾਂ ਪਿਆਰ ਸਾਨੂੰ ਭੇਜਿਆ, ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ। ਪਰ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰੀਆਂ ਨੇ ਈਵਨ ਆਪਣੇ ਇਤਿਹਾਸ 'ਚ ਵੀ ਇੱਕ ਵੱਖਰਾ ਇਤਿਹਾਸ ਰਚਿਆ। ਕਸ਼ਮੀਰੀ ਕਰੈਕਟਰ ਇਸ ਲੈਵਲ ਦੀ ਜਿਹੜੀ ਬਹਾਦਰੀ ਦੇ ਨਾਲ ਖਲੋਤਾ ਹੈ, ਪਰ ਇਸ ਦਾ ਮਤਲਬ ਇਹ ਕਦਾਚਿਤ ਨਹੀਂ ਹੈ ਕਿ ਸਿੱਖਾਂ ਨੇ ਜਿਹੜਾ ਉਹਨਾਂ ਨੂੰ ਕੋਈ ਭਾਰਤੀ ਫੌਜ ਦਾ ਡਰ ਹੈ ਜਾਂ ਖਲੋਤੇ ਨਹੀਂ ਹੈ। ਅਸੀਂ ਲਗਾਤਾਰ 10-11 ਸਾਲ ਇਹ ਲੜਾਈ ਲੜੀ ਹੈ ਔਰ ਅੱਜ ਵੀ ਵੇਲਾ ਆਉਣ 'ਤੇ ਜਦੋਂ ਵੀ ਕੋਈ ਇਸ ਕਿਸਮ ਦਾ ਮਾਹੌਲ ਸਿਰਜਿਆ ਗਿਆ, ਜਿਹੜੇ ਸਿੱਖ ਉਹ ਹਮੇਸ਼ਾ ਹੀ, ਸਾਡੀ ਤਾਂ ਟ੍ਰੇਨਿੰਗ ਹੀ ਹੈ ਕਿ ਭਾਈ ਅੱਤ ਹੀ ਰਣ ਮੈਂ ਤਬ ਜੂਝ ਮਰੋ, ਪਹਿਲੀ ਨਿਸ਼ਚੈ ਕਰ ਆਪਣੀ ਜੀਤ ਕਰੋ ਹੈ ਕਿ ਭਾਈ ਅਸੀਂ ਜਿੱਤਣੇ, ਨਹੀਂ ਤਾਂ ਜੰਗ ਦੇ ਵਿੱਚ ਜੂਝ ਕੇ ਮਰਨਾ। ਸੋ ਡਰ ਸਿੱਖ ਦੇ ਜਿਹੜੀ ਹੈ ਡਿਕਸ਼ਨਰੀ 'ਚ ਨਹੀਂ ਹੈ। ਔਰ ਮੈਂ ਕੰਕਲੂਡ ਕਰਾਂ, ਅਖੀਰਲਾ ਇੰਟਰਵਿਊ ਜਿਹੜਾ ਮਾਰਕ ਟਲੀ ਨੇ, ਜਿਹਨੇ ਬਾਅਦ ਸਤੀਸ਼ ਜੈਕਬ ਦੇ ਨਾਲ ਮਿਲ ਕੇ ਅੰਮ੍ਰਿਤਸਰ ਮਿਸਿਸ ਗਾਂਧੀ ਲਾਸਟ ਬੈਟਲ ਕਿਤਾਬ ਲਿਖੀ ਸੰਤ ਭਿੰਡਰਾਂ ਵਾਲਿਆਂ ਦਾ ਕੀਤਾ, ਸ਼ਾਇਦ 1 ਜਾਂ 2 ਜੂਨ ਦਾ, ਉਸ 'ਚ ਉਹਨੇ ਕਿਹਾ ਉਹਨਾਂ ਨੂੰ ਕਿ ਜੀ ਹੁਣ 4 ਫੇਰੇ ਫੌਜ ਹੈ ਔਰ ਕੋਈ ਇਸ ਗੱਲ ਦਾ ਚਾਂਸ ਨਹੀਂ ਕਿ ਤੁਸੀਂ ਜਿੱਤ ਸਕੋ ਇੰਨੀ ਵੱਡੀ ਫੌਜ, ਔਰ ਇਹਨਾਂ ਕੀ ਤੁਹਾਨੂੰ ਡਰ ਨਹੀਂ ਲੱਗਦਾ। ਔਰ ਜੋ ਉਹਨਾਂ ਨੇ ਕਿਹਾ, ਉਹਨੇ ਮਾਰਕ ਟਲੀ ਨੇ ਕੌਮਿਆਂ 'ਚ ਕੋਟ ਅਨਕੋਟ ਅੰਗਰੇਜ਼ੀ 'ਚ ਕਿਹਾ, ਸੰਤਾਂ ਨੇ ਕਿਹਾ, ਇਹ ਸਿੱਖ ਇਜ਼ ਨੋਟ ਐਫਰੇਡ ਆਫ ਡੈਥ ਐਂਡ ਹੂ ਐਵਰ ਇਜ਼ ਐਫਰੇਡ ਆਫ ਡੈਥ ਇਜ਼ ਨੋਟ ਏ ਸਿੱਖ, ਕਿ ਇੱਕ ਸਿੱਖ ਮੌਤ ਤੋਂ ਨਹੀਂ ਡਰਦਾ ਅਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ। ਸੋ ਇਹ ਡਰ ਨਾਂ ਦੀ ਕੋਈ ਚੀਜ਼ ਨਹੀਂ, ਭਾਰਤੀ ਫੌਜ ਹੋਏ ਕੋਈ ਹੋਏ, ਇਹ ਅਸੀਂ ਆਪਣੀ ਹਿਸਟਰੀ 'ਚ ਵੀ ਪ੍ਰੂਵ ਕੀਤਾ। ਪਰ ਕਈ ਵਾਰ ਹਾਲਾਤ ਤੁਹਾਨੂੰ ਉਸ ਕਿਸਮ ਦੀ ਸਟ੍ਰੈਟਜੀ ਵੱਲ ਤੋਰਦੇ ਨੇ, ਬਟ ਸਰਟਨਲੀ ਕਸ਼ਮੀਰੀਆਂ ਦੀ ਬਹਾਦਰੀ ਨੂੰ ਸਾਡਾ ਸੈਲੂਟ ਜੀ। ਡਾਕਟਰ ਸਾਹਿਬ ਨਾਲ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।